ਮੈਨੂੰ ਦੇਸ਼ ਦੀ ਅਣਖ ਵੰਗਾਰੇ ਜਾਣ ਦੇ ਕਵਾਰ ਗੰਦਲੇ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਸਾਂਝਾ ਰੇਡੀਓ 90.8 FM ਤੇ, ਜਿੱਥੇ ਮੈਂ ਆਰਸ਼ੀ ਗੁਰਪ੍ਰੀਤ ਇੱਕ ਵਾਰੀ ਫੇਰ ਤੋਂ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਯੈਸ ਟੀਵੀ ਤੇ ਨਾਲ ਹੀ ਨਾਲ ਸਾਂਝਾ ਰੇਡੀਓ ਤੇ। ਤੇ ਜੀ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਰਾਹੀਂ ਕਿਹੜਾ ਪ੍ਰੋਗਰਾਮ, ਜੀ ਹਾਂ ਵਿਰਾਸਤ ਏ ਪੰਜਾਬ, ਇਸ ਪ੍ਰੋਗਰਾਮ ਦੇ ਰਾਹੀਂ ਤੁਹਾਨੂੰ ਮੈਂ ਪੰਜਾਬ ਦੀ ਸੱਭਿਆਚਾਰਕ ਵਿਰਾਸਤ, ਪੰਜਾਬ ਦੀ ਸੱਭਿਆਚਾਰਕ ਸੰਸਕ੍ਰਿਤੀ ਦੇ ਨਾਲ ਰੂਬਰੂ ਕਰਾਉਂਦੀ ਹਾਂ ਤੇ ਨਾਲ ਹੀ ਰੂਬਰੂ ਕਰਾਉਂਦੀ ਹਾਂ ਸਾਡੇ ਪੰਜਾਬ ਦੇ ਅਲੋਪ ਹੋ ਰਹੇ ਵਿਰਸੇ ਦੇ ਨਾਲ। ਬਹੁਤ ਸਾਰੇ ਐਸੇ ਵਿਰਸੇ ਵਿਰਾਸਤ ਤੋਂ ਵਿਛੜ ਚੁੱਕੇ ਨੇ, ਸਾਡੇ ਪੰਜਾਬ ਤੋਂ ਵਿਛੜ ਚੁੱਕੇ ਨੇ, ਜਿਹਨੂੰ ਲੋੜ ਸੀ ਸਾਨੂੰ ਸੰਭਾਲਣ ਦੀ, ਉਹਨੂੰ ਸਾਂਭ ਕੇ ਰੱਖਣ ਦੀ, ਕਿਉਂਕਿ ਤਾਂ ਹੀ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦੱਸ ਸਕਦੇ ਹਾਂ ਕਿ ਸਾਡਾ ਜਿਹੜਾ ਪਿਛੋਕੜ ਸੀ, ਸੱਭਿਆਚਾਰ ਸੀ, ਉਹ ਕਿਹੋ ਜਿਹਾ ਸੀ। ਪਰ ਜੇਕਰ ਅੱਜ ਅਸੀਂ ਹੀ ਉਸਨੂੰ ਭੁੱਲ ਜਾਵਾਂਗੇ ਤਾਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ, ਆਪਣੇ ਬੱਚਿਆਂ ਨੂੰ ਕਿੰਝ ਦੱਸਾਂਗੇ ਕਿ ਸਾਡਾ ਅਮੀਰ ਵਿਰਾਸਤ ਵਿਰਸਾ ਕਿਤਨਾ ਅਮੀਰ ਸੀ। ਤੇ ਜੀ, ਇਸੇ ਕਰਕੇ ਲੋੜ ਹੈ ਸਾਨੂੰ ਉਸਨੂੰ ਸਾਂਭ ਕੇ ਰੱਖਣ ਦੀ। ਤੇ ਅੱਜ ਵੀ ਮੈਂ ਅਜਿਹੇ ਹੀ ਅਲੋਪ ਹੋ ਰਹੇ ਵਿਰਸੇ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਤੇ ਅੱਜ ਮੈਂ ਗੱਲਬਾਤ ਕਰਨੀ ਹੈ ਜੀ ਲੋਕ ਗੀਤਾਂ ਦੀ। ਜੇਕਰ ਲੋਕ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਲੋਕ ਗੀਤ ਬੜੇ ਹੀ ਰੂਹਾਨੀ ਤੇ ਸੁਹਾਵਣੇ ਹੁੰਦੇ ਸਨ। ਲੋਕ ਗੀਤਾਂ ਦੀ ਗੱਲ ਜਦੋਂ ਅਸੀਂ ਵਿਆਹਾਂ ਸ਼ਾਦੀਆਂ ਦੇ ਵਿੱਚ ਕਰਦੇ ਹਾਂ, ਜਦੋਂ ਪਹਿਲਾਂ ਵਿਆਹਾਂ ਸ਼ਾਦੀਆਂ ਹੁੰਦੀਆਂ ਸਨ, ਤਾਂ ਉਦੋਂ ਜਿਹੜੇ ਲੋਕ ਗੀਤ ਸਨ ਬੜੇ ਹੀ ਨਿਆਰੇ ਹੁੰਦੇ ਸਨ। ਸਾਰੀਆਂ ਜਿਹੜੀਆਂ ਬੀਬੀਆਂ ਸਨ ਉਹ ਵੀ ਲੋਕ ਗੀਤ ਗਾਉਂਦੀਆਂ ਹੁੰਦੀਆਂ ਸਨ। ਗੀਤਾਂ ਜਿਹਨਾਂ ਨੂੰ ਕਹਿੰਦੇ ਨੇ, ਵਿਆਹ ਸ਼ਾਦੀ ਦੇ ਵਿੱਚ ਜਿਹੜੇ ਗੀਤ ਹੁੰਦੇ ਨੇ ਰਾਤ ਦੇ ਸਮੇਂ, ਸਾਰੀਆਂ ਜਿਹੜੀਆਂ ਲੇਡੀਜ਼ ਹੁੰਦੀਆਂ ਨੇ, ਲੇਡੀ ਸੰਗੀਤ ਕਰਦੀਆਂ ਨੇ, ਉਹਦੇ ਵਿੱਚ ਜਿਹੜੇ ਗੀਤ ਗਾਏ ਜਾਂਦੇ ਨੇ, ਜਾਂ ਫਿਰ ਜਿਹੜੇ ਲੋਕ ਗੀਤ ਹੁੰਦੇ ਨੇ ਅਸਲ ਵਿੱਚ, ਜਿਹੜੇ ਬੜੇ ਵੱਡੇ ਗਾਇਕਾਂ ਨੇ ਲੋਕ ਗੀਤ ਗਾਏ ਹਨ, ਉਸ ਤਰ੍ਹਾਂ ਦੀ ਜਿਹੜੀ ਅੱਜ ਮੈਂ ਗੱਲਬਾਤ ਕਰਨਾ ਚਾਹੁੰਦੀ ਹਾਂ ਕਿ ਉਹ ਅੱਜ ਕਿਤੇ ਨਾ ਕਿਤੇ ਸਾਡੇ ਵਿੱਚੋਂ ਅਲੋਪ ਹੁੰਦੇ ਜਾਂਦੇ ਨੇ, ਜਿਹਨੂੰ ਸਾਂਭ ਕੇ ਰੱਖਣ ਦੀ ਸਾਨੂੰ ਲੋੜ ਸੀ। ਤੇ ਅੱਜ ਦੇ ਗੀਤ ਇਹੋ ਜਿਹੇ ਹਨ ਕਿ ਅਸੀਂ ਸਾਰਾ ਪਰਿਵਾਰ ਬੈਠ ਕੇ ਵੇਖ ਵੀ ਨਹੀਂ ਸਕਦੇ। ਤੇ ਉਹ ਸਮੇਂ ਦੇ ਲੋਕ ਗੀਤਾਂ ਦੇ ਵਿੱਚ ਤੇ ਅੱਜ ਦੇ ਗੀਤਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਚੁੱਕਿਆ ਹੈ। ਤੇ ਸਾਨੂੰ ਲੋੜ ਸੀ ਕਿ ਅਸੀਂ ਆਪਣੇ ਲੋਕ ਗੀਤਾਂ ਨੂੰ ਸਾਂਭ ਕੇ ਰੱਖੀਏ, ਕਿਉਂਕਿ ਬਦਲਦੇ ਜ਼ਮਾਨੇ ਦੇ ਨਾਲ ਅਸੀਂ ਬਦਲਦੇ ਜਾ ਰਹੇ ਹਾਂ, ਸਾਡੀ ਸੰਸਕ੍ਰਿਤੀ, ਸਾਡਾ ਸੱਭਿਆਚਾਰ ਬਦਲਦਾ ਜਾ ਰਿਹਾ ਹੈ। ਪਰ ਜਿਹੜੀ ਸਾਡੀ ਵਿਰਾਸਤ ਹੈ, ਜਿਹੜਾ ਸੱਭਿਆਚਾਰ ਹੈ, ਸਾਨੂੰ ਸਾਂਭ ਕੇ ਰੱਖਣ ਦੀ ਲੋੜ ਹੈ। ਬਦਲਦੇ ਸਮੇਂ ਦੇ ਨਾਲ ਬਦਲਣਾ ਜ਼ਰੂਰੀ ਹੈ, ਪਰ ਆਪਣਾ ਪਿਛੋਕੜ ਸਾਂਭਣਾ ਵੀ ਜ਼ਰੂਰੀ ਹੈ, ਉਸਨੂੰ ਗਵਾਉਣਾ ਨਹੀਂ ਹੈ। ਜੇਕਰ ਤੁਸੀਂ ਮੇਰੇ ਇਸ ਵਿਚਾਰ ਨਾਲ ਬਿਲਕੁਲ ਸਹਿਮਤ ਹੋ ਤਾਂ ਮੈਨੂੰ ਦੱਸਣਾ ਨਾ ਭੁਲਿਓ। ਨੰਬਰ ਹੈ ਜੀ 9540126709, ਇਹ ਨੰਬਰ ਸਾਂਝਾ ਰੇਡੀਓ ਤੇ ਹੈ। ਤੇ ਸਾਂਝਾ ਰੇਡੀਓ ਤੇ ਮੇਰਾ ਪ੍ਰੋਗਰਾਮ 12 ਤੋਂ 1 ਵਜੇ ਤੱਕ ਆਉਂਦਾ ਹੈ। ਤੇ ਜੇਕਰ ਤੁਸੀਂ ਯੈਸ ਟੀਵੀ ਤੇ ਦੱਸਣਾ ਚਾਹੁੰਦੇ ਹੋ ਤਾਂ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ, ਤਾਂ ਕਿ ਮੈਂ ਆਪਣੇ ਕਮੈਂਟਸ ਤੁਹਾਡੇ ਨਾਲ ਸ਼ੇਅਰ ਕਰਕੇ ਆਪਣੀ ਅਗਲੀ ਵੀਡੀਓ ਦੇ ਵਿੱਚ, ਅਗਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਕੇ ਤੁਹਾਡੇ ਨਾਲ ਗੱਲਬਾਤ ਕਰ ਸਕਾਂ। ਤੇ ਜੀ, ਹੁਣ ਗੱਲਾਂਬਾਤਾਂ ਦਾ ਸਿਲਸਿਲਾ ਇੱਥੇ ਖਤਮ ਹੁੰਦਾ ਹੈ ਤੇ ਨਾਲ ਹੀ ਹੁਣ ਮੈਨੂੰ ਦਵੋ ਇਜਾਜ਼ਤ। ਆਪਣਾ ਰੱਖਿਓ ਖਿਆਲ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਰੱਬ ਰਾਖਾ।